और बता है क्यों लिखिया है, और बता है क्यों लिखिया जुदाई तक दीरा दलाल, ओ दिल साडा नहीं लगदा इना तस्वीरा दलाल, और बता है क्यों लिखिया। चिट्ठू वेल अंबरदारा वड्डे गल सुन, तेरी बीवी है ना हाँ? वो मेरे मियां ने चाड़ के ना छाते इशारे कर दिए, जाके उन्हें समझा। मेरी बेगम छाते चाड़ के तेरे मर्द नु इशारा करें दिए? हाँ तेरे करू, छाते पौड़ी ला के ना मेरे बंदे नु इशारे तेरी बीवी कर दिए, उन्हें जाके समझा आदा। ए किवें हो सकदा है, शादी उन्हें तेरे नाल कीती है ते छाते चाड़ के इशारे मेरे मियां नु कर दिए, नहीं तो मैं ना तेरी बीवी दा चौक के सिर पाड़ देना। सिर पाड़ दे से तेरा पानी है घर, तो तेरी बीवी मेरे मर्द ने क्यों इशारा कर दी, जाके उन्हें रोक। ए पक्की गल है, तू वेख्या? हाँ मैं खुद वेख्या, तेरी बीवी मेरे खामे ने इशारा कर रही सी, जा उन्हें समझा जाके। अच्छा मैं समझा लेना, नहीं तो मैं तुहाडे घर आ जाना, लड़ाई पै जानी है। ए हुण गल मेरे ताई आ गई है, हुण वेख मैं दा शर की करेना। मैं अग्गे सुचेना कि मेरे घर हर रोज पौड़ी लगी पई होंदी है, ए छत चढ़ के बस उन्हें इशारे करें दिए, कुछ शहीदी के घर आले नो इस मन चबल बना लो या मन तो मैं एडा चंगा समझदा मीना जी, बड़े नंबर दान तू मेरा मैं तेरी, आज मैं पता कर लेना छत के नु इशारे करें दिए चबल जई नहीं था, आज मैं अपने हाथ ना फनिया तो मेरा नाम बड़े नंबर दान उम्र।
ਕਰਨ ਮੇਰੀ ਨੌਂ ਓਏ ਹਾਲ ਓਏ ਅੱਬਾ ਤੈਨੂੰ ਨਹੀਂ ਆਦਾ ਪਤਾ ਡਰਾਮੇ ਬਾਦ ਤੇ ਫੱਫੇ ਕੁੱਟਣੀ ਹੈ ਛੱਤ ਤੇ ਹਾਰੋ ਚੜ ਕੇ ਕੁਰਸ਼ੇ ਦੀ ਦੇ ਮਰਦ ਬਾਸ ਸੁਲੂ ਹੈ ਤੇ ਤੇ ਜਾਤੀਆਂ ਪੈਂਦੀ ਹੈ ਗੱਲ ਸਹੀ ਕਰੇ ਨਾ ਪਿਆ ਜਾਤੀਆਂ ਪੈਣੀ ਉਹਨੂੰ ਓ ਨਹੀਂ ਚਾਚਾ ਨਹੀਂ ਮੈਂ ਕਿਉਂ ਚਾਤੀਆਂ ਪਾਵਾਂਗੀ ਸਾਡੇ ਗੈਰਤ ਕਾਇ ਨਹੀਂ ਵੇ ਚਾਚਾ ਮੈਨ ਤੇ ਪਤਾ ਹੀ ਨਹੀਂ ਮੈਂ ਤੇ ਅੱਜ ਦਿਨ ਤੱਕ ਬਾਸੂ ਉਤਰੇ ਦੀ ਸ਼ਕਲ ਹੀ ਨਹੀਂ ਵੇਖੀ ਉਹ ਕਿਹੜਾ ਹਰਾਮਦਾ ਏ ਓ ਮੋਰੇ ਦੇ ਕੋਲ ਪੁੱਛਾ ਤੇ ਕੀ ਕਰਨ ਵੈਂਦੀ ਪਈ ਆਈ ਕੀ ਕਰਨ ਵੈਂਦੀ ਪਈ ਆ ਚਾਚਾ ਅੱਜ 4 ਦਿਨ ਹੋ ਗਏ ਨੇ ਲੱਕੜੀਆਂ ਆਪਣੀਆਂ ਬਾਲਣ ਵਾਲੀਆਂ ਗਿੱਲੀਆਂ ਸੀ ਤੇ ਮੈਂ 4 ਦਿਨ ਹੋ ਗਏ ਨੇ ਦਿਨ ਦੇ ਟਾਈਮ ਜਾ ਕੇ ਧੁੱਪ ਨਿਕਲਦੀ ਏ ਤੇ ਲੱਕੜੀਆਂ ਸੁੱਕਣੇ ਪਾ ਕੇ ਆਣੀਆਂ ਤੇ ਸ਼ਾਮ ਨੂੰ ਜਾ ਕੇ ਲੱਕੜੀਆਂ ਕੱਟੀਆਂ ਕਰਕੇ ਆਣੀਆਂ ਓ ਕਿਰਲੀ ਬਦਰੀਆ ਜਾ ਕੇ ਭਾਵੇਂ ਕਿਸੇ ਨੂੰ ਚੜਾ ਕੇ ਤੇ ਛੱਤ ਤੇ ਵੇਖ ਲਓ ਕਿਵੇਂ ਖੇਲਣ ਲੱਕੜੀ ਪਈ ਐ ਕਿ ਨਹੀਂ ਪਈ ਐ ਇਹ ਮੇਰੇ ਤੇ ਆਵੇ ਬੋਨਾ ਇਲਜ਼ਾਮ ਲਾਦਾ ਬੇ ਚਾਚਾ ਹੁਣੇ ਦਾ ਬੋਨਾ ਮੈਨੂੰ ਮਾਰਨਾ ਤਾਂ ਨਹੀਂ ਆਉਂਦਾ ਓ ਚਾਚਾ ਮਨਜ਼ੂਰ ਆ ਓ ਨੂਰੀ ਸੱਚੀ ਆਈ ਲੱਕੜੀਆਂ ਵਾਕੇ ਸੁੱਕਦੀਆਂ ਪਈਆਂ ਲੈ ਸੁਣ ਲਈ ਚਾਚਾ ਆਇਓ ਪਿਸਤੇ ਗੁੱਲਰਾ ਇਹ ਅੱਬਾ ਲੱਕੜੀ ਤਾਂ ਉੱਤੇ ਪਈ ਐ ਤੇ ਕਾਈ ਨੂੰ ਵੇਂਦੀ ਐ ਓਏ ਦਾੜਿਓ ਆ ਤੂੰ ਕੂੜਾ ਵੇ ਓ ਮੈਂ ਮੈਨੂੰ ਇਹ ਦੱਸ ਤੈਨੂੰ ਦੱਸਿਆ ਕਿੰਨੇ ਆ ਇਹ ਗੱਲ ਕਿੰਨੇ ਕੀਤੀ ਐ ਕਾ ਦੱਸੇ ਮੈਂ ਅਮਨਾ ਪਿਆਉ ਘਰ ਕੁਰਸ਼ਾਈ ਦੀ ਮੈਂ ਸਾਧ ਕੇ ਆਪਣੇ ਬੂਆ ਦੇ ਦੱਸਿਆ ਜਿਹੜੇ ਤੇਰੀ ਸਮਾਣੀ ਮੇਰੇ ਮਰਦ ਬਾਸ ਨੂੰ ਜਾ ਕੇ ਪੈਂਦੀ ਐ ਚਲ ਸਮਝਾ ਲੈ ਛੱਤ ਤੇ ਚੜਦੀ ਹਰ ਰੋਜ਼ ਉਹ ਕੂੜ ਮਰਦੀ ਐ ਵੇ ਕੁਰਸ਼ੈਦੀ ਤੇ ਸ਼ੈਤਾਨ ਔਰਤ ਤੇ ਉਹ ਤੇ ਝੂਠ ਬੋਲਦੀ ਐ ਤੇ ਨਾਲੇ ਪੂਰੇ ਪਿੰਡ ਨੂੰ ਪਤਾ ਐ ਉਹਦਾ ਤੇ ਮੀਆਂ ਕਰਾਚੀ ਫੈਕਟਰੀ ਚ ਕੰਮ ਕਰਦਾ ਐ ਉਹ ਤੇ 2-3 ਮਹੀਨੇ ਬਾਅਦ ਘਰ ਆਂਦਾ ਐ ਨਾਲੇ ਉਹ ਤੇ ਘਰ ਹੈ ਹੀ ਨਹੀਂ ਜਾ ਕੇ ਪਤਾ ਕਰ ਲੈ ਲੈ ਲੰਨਾ ਤੇ ਚਟਾਕ ਲੰਨਾ ਤੇ ਉਹ ਲੰਨਦੀ ਆ ਉਹ ਤਾਂ ਘਰ ਹੀ ਕੋਈ ਨਹੀਂ ਇਹ ਕੁਰਸ਼ਾਈ ਦੀ ਸ਼ੈਤਾਨੀ ਪੂਣਾ ਕੀਤਾ ਅੱਛਾ ਹਾਂ ਇਹ ਕੁਰਸ਼ਾਈ ਦੀ ਕੂੜ ਮਾਰਿਆ ਮੇਰਾ ਨਾਮ ਵੱਡਾ ਲੰਬਰਦਾਰ ਨਹੀਂ ਜੇ ਮੈਂ ਕੁਰਸ਼ਾਈ ਦੀ ਨੂੰ ਇੰਤੀ ਕਹਿਸਾ ਨਾ ਅੱਬਾ ਮੈਨੂੰ ਘਟ ਡਰਾਮੀ ਚੋ ਨਹੀਂ ਕਰ ਆਏ ਹਾਲੋ ਓਏ ਕਾ ਮੇਰੇ ਨਾਲ ਉਹਦੇ ਦਾ ਪੈਣੇ ਨਾ ਐਡੀ ਗੱਦਾਰ ਮੇਰੀ ਨਾ ਹੋਵੇ ਫੌਤ ਹੋਵੇ ਮੇਰੀ ਇਹਨੂੰ ਆਵੇ ਕਿਸੇ ਦੀ ਆਈ ਜਿੰਨਾ ਇਹਨੇ ਮੈਨੂੰ ਮਾਰਿਆ ਇਹਨੇ ਚਾਚਾ ਮੈਨੂੰ ਇੰਨਾ ਮਾਰਿਆ ਮੈਂ ਹੀ ਬੜਾ ਮਾਰਿਆ ਇਹਨੇ ਫੌਤ ਹੋਣਾ ਹੈ ਅੱਲਾ ਮਰ ਜਾਏ ਟਰੱਕ ਥੱਲੇ ਆਏ ਤੇਰਾ ਬੇੜਾ ਤਰ ਜਾਏ ਆ ਕੁਰਸ਼ਾਦੀਏ ਤੇਰਾ ਖਾਣਾ ਖਰਾਬ ਹੋਏ ਕੁਰਸ਼ਾਦੀਏ ਤੇਰਾ ਬੰਦਾ ਉੱਥੇ ਵੜਕ ਜਾਏ ਜਿੱਥੇ ਗਿਆ ਹੋਇਆ ਤੈਨੂੰ ਜੁਆ ਪਵਨ ਤੈਨੂੰ ਕੁਰਸ਼ਾਦੀਏ ਪਵਨ ਕੀੜੇ ਓਏ ਅੱਲਾ ਉਹਦੇ ਕੋਲ ਪੁੱਛੇਗਾ ਅੱਲਾ ਉਹਦੇ ਕੋਲ ਪੁੱਛੇਗਾ ਅਸਲਾਮ ਅਲੈਕਮ ਨੰਬਰਦਾਰ ਖੁਸ਼ੀਆ ਵਾਲੇਕਮ ਸਲਾਮ ਹਾਂ ਭਾਈ ਇਹ ਜੀ ਕੁਰਸ਼ੈਦੀ ਨੂੰ ਜਾਣਦੇ ਹੋ ਹਾਂ ਜਾਣਦਾ ਕੁਰਸ਼ੈਦੀ ਨੂੰ ਉਹ ਮੈਂ ਤੇ ਪਿੰਡ ਦੇ ਇੱਕ ਬੰਦੇ ਸਨਾਨੀ ਨੂੰ ਜਾਣਨਾ ਗੱਲ ਕੀ ਏ ਭਲਾ ਉਹ ਦਾ ਜਿਹੜਾ ਮਰੋ ਤੇ ਕੁਰਸ਼ੈਦੀ ਦਾ ਬਾਸੂ ਕਿਧਰ ਆਂਦਾ ਉਹ ਤਾਂ ਗਿਆ ਤਾਂ ਕਰਾਚੀ ਕਰਾਚੀ ਰਹਿੰਦਾ ਹਾਂ ਉਹ ਤਾਂ ਤਕਰੀਬਨ ਮੈਂ 2 ਦਿਨ ਪਹਿਲੇ ਗਿਆ ਸੀ ਹਾਂ ਅੱਛਾ ਮੈਨੂੰ ਕੰਮ ਸੀ ਅੱਛਾ ਤੇ ਮੈਂ ਕੁਰਸ਼ੈਦੀ ਨੂੰ ਪੁੱਛਿਆ ਵੀ ਤੇਰਾ ਬੰਦਾ ਕਿੱਥੇ ਅੱਛਾ ਕਹਿੰਦੀ ਉਹ ਤਾਂ ਕਰਾਚੀ ਗਿਆ ਦਾ ਤੇ ਮੈਂ ਕਿ ਆਏਗਾ ਕਦੋਂ 2-3 ਮਹੀਨਿਆਂ ਦੇ ਬਾਅਦ ਘਰ 'ਚ ਸਿਰਫ ਕੁਰਸ਼ੈਦੀ ਸੀ ਤੇ ਉਹਦੀ ਇੱਕ ਬੁੱਢੀ ਸੱਸ ਸੀ ਅੱਛਾ ਤੈਨੂੰ ਕੰਮ ਕੀ ਏ ਮੈਨੂੰ ਕੰਮ ਕੋਈ ਨਹੀਂ ਮੈਨੂੰ ਉਸਾ ਕਿਆ ਕੁਰਸ਼ੈਦੀ ਤੇਰੀ ਸਵਾਣੀ ਆਪਣੇ ਘਰੂ ਪੌੜੀ ਲਾ ਕੇ ਨਾ ਮੇਰੇ ਮਰਦ ਬਾਸੂ ਦੇ ਰਵੇਦੀ ਤੇ ਜਾਤੀਆਂ ਪੈਂਦੀ ਏ ਯਾਰ ਉਹ ਕੁਰਸ਼ੈਦੀ ਤੇ ਹੈ ਹੀ ਚੁਗਲਖੋਰ ਅੱਛਾ ਹਰ ਦੂਸਰੇ ਦਿਨ ਦੀ ਸ਼ਿਕਾਇਤ ਆ ਜਾਂਦੀ ਮੇਰੇ ਕੋਲ ਉਹ ਕਿਸੇ ਨਾ ਕਿਸੇ ਦੀ ਚੁਗਲੀ ਲਾ ਕੇ ਫਿਰ ਸੌਂਦੀ ਏ ਓਏ ਹੋਏ ਮੈਂ ਤਾਂ ਉਹਦੀ ਮੰਨ ਕੇ ਆਪਣੀ ਸਵਾਣੀ ਨੂੰ ਕੁੱਟਿਆ ਇਤਨਾ ਦੇ ਨਾਲ ਲੜਿਆ ਉਹ ਬੇਵਕੂਫ ਆਦਮੀ ਕਿਸ ਚੁਗਲਖੋਰ ਦੀ ਗੱਲਾਂ ਤੇ ਲਾ ਕੇ ਤਾਂ ਤੂੰ ਆਪਣੀ ਬੀਵੀ ਨੂੰ ਕੁੱਟਣ ਲੱਗ ਗਿਆ ਤੂੰ ਬੇਵਕੂਫ ਤਾਂ ਨਹੀਂ ਹਰ ਪਿੰਡ 'ਚ ਕੋਈ ਨਾ ਕੋਈ ਚੁਗਲਖੋਰ ਔਰਤ ਹੁੰਦੀ ਏ ਸਾਡੇ ਪਿੰਡ 'ਚ ਇਹ ਚੁਗਲਖੋਰ ਔਰਤ ਏ ਕੁਰਸ਼ੈਦ ਦੀ ਅੱਛਾ ਇਹਨੂੰ ਕਹਿ ਨਹੀਂ ਰੋਕਿਆ ਕੀ ਆਖੀ ਇਹਨੂੰ ਅਕਲ ਆਉਂਦੀ ਨਹੀਂ ਉਹਨੂੰ ਉਹ ਦਾੜ ਚਲੋ ਠੀਕ ਏ ਨੰਬਰਦਾਰ ਸਾਹਿਬ ਮੈਂ ਆਪੇ ਇਸ ਕੁਰਸ਼ੈਦ ਦੀ ਨਾਲ ਆਵਾਜ਼ ਲਈ ਲਾ ਬੋਲਿਆ ਬੇਲੀ ਬੇਲੀਆ ਮੇਰਾ ਬੇਲੀਆ ਠੀਕ ਹੈ ਠੀਕ ਰੋਟੀ ਖਾ ਨਾ ਮਿਹਰਬਾਨੀ ਇਹ ਯਾ ਕਮਲਾ ਰੋਟੀ ਵੀ ਦੇ ਪੁੱਛ ਦੇ ਕਮਲਾ ਕੋਈ ਹੋ ਠੀਕ ਹੈ ਆ ਠੀਕ ਮੈਂ ਇੱਥੇ ਬੂਆ ਲਾ ਆਹ ਲਾ ਲਾ ਬੂਆ ਲਾ ਮੇਰਾ ਘਰ ਤੇਰਾ ਘਰ ਅਮੀ ਬਲਾ ਗਵਰਨਮੈਂਟ ਦੀ ਟਰਾਲੀ ਤੇ ਕਬਜ਼ਾ ਕੀਤੀ ਬੇਟਾ ਮੇਰਾ ਘਰ ਮੇਰਾ ਘਰ ਹੋਰ ਤਬੀਅਤ ਸੀ ਠੀਕ ਹੈ ਹੀ ਠੀਕ ਹੈ ਠੀਕ ਅੱਛਾ ਯਾਰ ਇੱਥੇ ਨਾਲ ਕੰਮ ਹੈ ਅਦਾਸ ਦੱਸਾ ਦੱਸ ਯਾਰ ਨਹੀਂ ਤੂੰ ਕਾਵੜ ਵਿੱਚ ਮੈਂ ਨਹੀਂ ਦਿੱਤੇ ਕਿਉਂ ਕਾਵੜ ਵਿੱਚ
मैं बड़ा समझाया उसके आका यार तू कबड़ी जस मैं दस मन के आका काट से तो नहीं नहीं यार तू कबड़ी भाई नहीं कोई पक्की गल ओ से आ क्या है जरा बोला है ना कावड़े न पिया ना ओ देख बोला सिगरेट पींदा मैं जगह पी मैं गल की मैं तो वही पे चबल जी रन आपे दस तू इतो मैं उस मां हां तू मार मैं बैठा ਛੱਡ ਦੇਣੀ।
मैं आख बोला सिगरेपी नूरी बहन वेखला कमला चिक्की वजदा कुरशाही नू चंगा होया कमले हाथ आई हूं तेरा अल्लाह वारिस